ਮੈਂ ਸੁਰਜੀਤ ਸਿੰਘ, ਪਿੰਡ ਬੀੜਪੁਲ ਵਾਲਾ, ਤਹਿਸੀਲ ਅਤੇ ਬਲਾਕ ਫਰੀਦਕੋਟ ਦੇ ਰਹਿਣ ਵਾਲਾ। ਮੇਰੇ ਪਿੰਡ 'ਚ ਅੱਜ ਸਤਿਕਾਰਯੋਗ ਚੀਫ ਐਗਰੀਕਲਚਰ ਸਰਦਾਰ ਅਮਰੀਕ ਸਿੰਘ ਜੀ ਆਏ ਹੋਏ ਆ, ਔਰ ਸਾਡੇ ਵਾਸਤੇ ਇਹ ਬਹੁਤ ਸੁਭਾਗਾ ਦੇਣਾ ਕਿ ਸਾਡੇ ਪਿੰਡ 'ਚ ਮੇਰੀ ਉਮਰ ਮੁਤਾਬਕ ਪਹਿਲੀ ਵਾਰ ਚੀਫ ਸਾਹਿਬ ਸਾਡੇ ਪਿੰਡ 'ਚ ਪਹੁੰਚੇ ਆ। ਚੀਫ ਸਾਹਿਬ ਨੇ ਸਾਨੂੰ ਬਹੁਤ ਹੀ ਵਡਮੁੱਲੀਆਂ ਗੱਲਾਂ ਦੱਸੀਆਂ ਅਤੇ ਸਾਡੇ ਤੋਂ ਵੀ ਬਹੁਤ ਵਧੀਆ ਵਧੀਆ ਗੱਲਾਂ ਪੁੱਛੀਆਂ। ਮਿੱਟੀ ਦੀ ਸਿਹਤ ਸੰਭਾਲ ਬਾਰੇ ਕੁਛ ਗੱਲਾਂ ਹੋਈਆਂ ਜਿਹਦੇ ਵਾਸਤੇ ਅਸੀਂ ਦੱਸਣਾ ਚਾਹੁੰਦੇ ਹਾਂ। ਮੈਂ ਔਰ ਮੇਰੇ ਪਿੰਡ ਦੇ ਸਾਥੀ ਅਰਸ਼ਦੀਪ ਸਿੰਘ, ਸੁਖਦੀਪ ਸਿੰਘ ਸੰਧੂ, ਅਸੀਂ ਸਾਰਿਆਂ ਨੇ, ਮੈਂ ਖੁਦ ਨੇ ਜੰਤਰ ਬੀਜਿਆ ਹੋਇਆ 15 ਕਿੱਲੇ, ਇਹਨਾਂ ਨੇ ਮੂੰਗੀ ਬੀਜੀ ਹੋਈ ਹੈ, ਇਹਨਾਂ ਨੇ ਮੂੰਗੀ ਬੀਜੀ ਹੋਈ ਆ। ਅਸੀਂ ਮੂੰਗੀ ਬੀਜਦੇ ਹਾਂ, ਮੂੰਗੀ ਤੋਂ ਆਮਦਨ ਲੈਂਦੇ ਹਾਂ। ਜੇ ਬਾਈ ਚਾਂਸ ਸਾਡੀ ਮੂੰਗੀ ਥੋੜ੍ਹੀ ਬਹੁਤੀ ਮਾੜੀ ਹੋ ਜਾਵੇ, ਅਸੀਂ ਗ੍ਰੀਨ ਮਨਿਓਰ ਦੇ ਤੌਰ 'ਤੇ ਉਹਨੂੰ ਵਿਚਵਾ ਕੇ ਮਿੱਟੀ ਦੀ ਸਿਹਤ ਸੰਭਾਲ ਵਾਸਤੇ ਕੰਮ ਕਰਦੇ ਹਾਂ। ਮੇਰੇ ਪਿੰਡ 'ਚ ਬਹੁਤ ਘੱਟ ਰਕਬੇ 'ਚ ਅੱਗ ਲੱਗਦੀ ਹੈ। ਅਸੀਂ ਝੋਨੇ ਦੀਆਂ ਗੱਠਾਂ ਬਣਾਉਂਦੇ ਹਾਂ, ਸੁਪਰ ਸੀਡਰ ਨਾਲ ਬਿਜਾਈ ਕਰਦੇ ਹਾਂ। ਜਿਹੜੀ ਮਾੜੀ ਮੋਟੀ ਕਮੀ ਪੇਸ਼ੀ ਹੈਗੀ ਅਸੀਂ ਉਹਨੂੰ ਹੀ ਸੁਧਾਰਾਂਗੇ। ਅਸੀਂ ਮਿੱਟੀ ਦੀ ਸਿਹਤ ਸੰਭਾਲ ਬਾਰੇ ਬਹੁਤ ਜ਼ਿਆਦਾ ਅਵੇਅਰ ਹੈ ਮੇਰਾ ਪਿੰਡ, ਅਤੇ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਵਾਤਾਵਰਨ ਨੂੰ ਬਚਾਉਣ ਵਾਸਤੇ ਉਪਰਾਲੇ ਕਰਦੇ ਰਹਾਂਗੇ ਜੀ। ਮੇਰਾ ਤਜਰਬਾ ਤਾਂ ਇਹ ਹੈ ਜੀ ਵੀ ਜੇ ਅਸੀਂ ਅੱਗ ਨਹੀਂ ਲਾਵਾਂਗੇ, ਥੋੜ੍ਹੇ ਸਮੇਂ 'ਚ ਇਹ ਨਾੜ ਵਿੱਚ ਗਲ ਜਾਂਦਾ, ਅਸੀਂ ਉਵੇਂ ਹੀ ਝੋਨਾ ਲਾ ਦਾਂਗੇ, ਮਿੱਟੀ ਦੱਬਿਆ ਜਾਊਗਾ। ਫਿਰ ਵੀ ਸਾਡੇ ਮਨ 'ਚ ਕੁਛ ਭੰਬਲ ਭੂਸੇ ਸੀ, ਅੱਜ ਚੀਫ ਸਾਹਿਬ ਨੇ ਸਾਡੇ ਉਹ ਕੱਢਤੇ ਆ ਵੀ ਜੇ ਤੁਸੀਂ ਅੱਗ ਲਾ ਕੇ ਉਹ ਬਾਅਦ 'ਚ ਝੋਨੇ 'ਚ ਜ਼ਿਆਦਾ ਉਹਦਾ ਫੂਸ ਉੱਪਰ ਆ ਜਾਂਦਾ, ਜੇ ਤੁਸੀਂ ਨਹੀਂ ਵੀ ਇਹ ਜੜਾਂ ਨਹੀਂ ਆਉਣਗੀਆਂ ਵਿੱਚ ਮਿੱਟੀ 'ਚ ਰਲ ਜੂਗਾ। ਜੇ ਮਾੜਾ ਮੋਟਾ ਅਸੀਂ ਕਿਤੇ ਗਲਤੀ ਕਰਦੇ ਵੀ ਸੀ ਉਹਨੂੰ ਵੀ ਅਸੀਂ ਅੱਗੇ ਤੋਂ ਸੁਧਾਰਾਂਗੇ। ਸਰ ਜੀ, ਅਸੀਂ ਘੱਟੋ ਘੱਟ 7-8 ਸਾਲ ਤੋਂ ਬਿਲਿੰਗ ਕਰਾ ਰਹੇ ਹਾਂ ਪਿੰਡ 'ਚ, ਪਰ ਅਸੀਂ ਹਮੇਸ਼ਾ ਇੱਕੋ ਰਕਬੇ 'ਚ ਉਹ ਨਹੀਂ ਕਰਾਉਂਦੇ, ਅਸੀਂ ਰਕਬਾ ਬਦਲ ਬਦਲ ਕੇ ਕਰਾਉਂਦੇ ਹਾਂ। ਜਿਹੜਾ ਅਗੇਤਾ ਝੋਨਾ ਆ ਜਾਂਦਾ ਜਾਂ ਬਿਲਰ ਜ਼ਿਆਦਾ ਆ ਜਾਂਦੇ, ਅਸੀਂ ਚੁਕਾ ਉਹ ਗੱਠਾ ਚੁਕਾ ਦਿੰਦੇ ਹਾਂ, ਅਤੇ ਬਾਕੀ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਸੁਪਰ ਸੀਡਰ ਜਾਂ ਹੈਪੀ ਸੀਡਰ ਨੂੰ ਵਿੱਚ ਹੀ ਉਹਨੂੰ ਵਾਇਆ ਜਾਵੇ। ਅਤੇ ਸਾਨੂੰ ਹੌਲੀ ਹੌਲੀ ਇਹ ਪਤਾ ਲੱਗਦਾ ਵੀ ਲਗਾਤਾਰ ਜੇ ਬਿਲਿੰਗ ਕਰਾਵਾਂਗੇ ਉਹਦੇ ਜਿਹੜੇ ਹੈਗੇ ਆ ਉਪਜਾਊ ਤੱਤ ਖਤਮ ਹੋਣਗੇ, ਸਾਨੂੰ ਖਾਦਾਂ ਜ਼ਿਆਦਾ ਵਰਤਣੀਆਂ ਪੈਣਗੀਆਂ। ਬਿਲਿੰਗ ਕਰਾਵਾਂਗੇ ਜ਼ਰੂਰ, ਸਰਕਾਰ ਨੇ ਸਹੂਲਤ ਦਿੱਤੀ ਆ ਸਾਨੂੰ ਵੀ ਫਾਇਦਾ, ਪਰ ਅਸੀਂ ਬਦਲ ਬਦਲ ਕੇ ਰਕਬਾ ਕਰਾਵਾਂਗੇ ਜੀ, ਇੱਕੋ ਰਕਬੇ ਦੇ ਵਾਰੀ ਵਾਰੀ ਨਹੀਂ ਕਰਾਵਾਂਗੇ। ਅਸੀਂ ਜ਼ਿਆਦਾਤਰ ਸਾਡੇ ਮੇਰੇ ਪਿੰਡ ਦੇ ਵਿੱਚ PR 114 ਝੋਨਾ ਲੱਗਦਾ ਹੁੰਦਾ ਜੀ, ਹੁੰਦਾ ਸੀ, ਹੁਣ ਅਸੀਂ PR 14 ਤੋਂ 114 ਤੋਂ 131 ਅਤੇ 126 ਵੱਲ ਆ ਚੁੱਕੇ ਹਾਂ ਸਾਰੇ। ਮੈਂ 2 ਸਾਲ ਪਹਿਲਾਂ PR 131 3 ਕਿੱਲੇ ਬੀਜ ਕੇ ਦੇਖਿਆ ਸੀ, ਜਿਹੜਾ ਮੇਰਾ ਝਾੜ 30 ਕੁਇੰਟਲ ਹੀ ਰਿਹਾ ਸੀ। ਉਸ ਤੋਂ ਬਾਅਦ ਮੈਂ ਅਗਲੇ ਸਾਲ ਇਸ ਗੱਲ ਦਾ ਸੁਧਾਰ ਕੀਤਾ, ਮੈਂ ਉਹਦੀ ਬਿਜਾਈ ਪਨੀਰੀ ਦੀ 20 ਮਈ ਨੂੰ ਕੀਤੀ, ਅਤੇ ਟਰਾਂਸਪਲਾਂਟੇਸ਼ਨ ਜਿਹੜੀ ਸੀਗੀ ਉਹ ਵੀ 20 ਜੂਨ ਤੋਂ ਬਾਅਦ ਕੀਤੀ। ਤੋਂ ਮੇਰਾ ਝੋਨਾ 95 ਤੋਂ 96 ਮਨ ਪਰ ਏਕੜ ਮੈਂ 8 ਕਿੱਲੇ ਝੋਨਾ ਲਾਇਆ ਸੀ, ਮੇਰਾ ਨਿਕਲਿਆ। ਔਰ PR 126 ਵੀ ਮੈਂ 14 ਜਿਹੜੀ ਹੈਗੀ ਆ ਜੂਨ ਦੇ ਨੇੜ ਤੇੜ ਪਨੀਰੀ ਬੀਜਦਾ, ਔਰ 14 ਜੁਲਾਈ ਦੇ ਨੇੜੇ ਉਹਦੀ ਟਰਾਂਸਪਲਾਂਟ ਕਰਦਾ PR 126 ਦੀ, ਉਹ 90 ਮਨ ਦੀ ਐਵਰੇਜ ਸਾਡਾ ਝੋਨਾ ਕੱਢਦਾ। ਕੁਇੰਟਲਾਂ 'ਚ ਤੁਸੀਂ ਦੇਖ ਲਓ ਵੀ ਇਹ ਦੁੱਧ 'ਤੇ ਝੋਨਾ ਨਹੀਂ ਨਿਕਲਦਾ। ਜਿਵੇਂ ਜਿਵੇਂ ਅਸੀਂ 5-7 ਦਿਨ ਝੋਨੇ ਲੇਟ ਕੀਤੇ ਸਾਨੂੰ ਫਾਇਦਾ, ਸਾਨੂੰ ਤਾਂ ਇਹ ਹੈ 15 ਤਰੀਕ ਤੋਂ ਬਾਅਦ ਬਿਜਾਈ ਹੋਵੇ ਉਦੋਂ ਲਾਈਟ ਸਾਰੇ ਹੁਣ 11 ਤਰੀਕ ਨੂੰ ਲਾਈਟ ਆ ਜੂਗੀ, ਅਸੀਂ ਰੁਕੇ ਹੋਏ ਹਾਂ, ਅਸੀਂ 15 ਤੋਂ ਬਾਅਦ ਹੀ ਉਹਦੀ ਸ਼ੁਰੂ ਕਰਾਂਗੇ ਝੋਨੇ ਦੀ ਲਵਾਈ। PR 126 ਔਰ PR 131 ਜਦੋਂ ਅਸੀਂ ਲੇਟ ਲਾਉਂਦੇ ਹਾਂ ਉਹਦੇ ਵਾਸਤੇ ਉਦੋਂ ਨੂੰ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਜੀ, ਸਾਡਾ ਪਾਣੀ ਬਹੁਤ ਜ਼ਿਆਦਾ ਬਚ ਜਾਂਦਾ, ਸਾਡੀਆਂ ਮੋਟਰਾਂ ਬੰਦ ਰਹਿੰਦੀਆਂ ਜੀ। ਉਸ ਤੋਂ ਬਾਅਦ ਸਾਨੂੰ ਨੈਕਸਟ ਫਸਲ ਵਾਸਤੇ ਰੌਣੀ ਕਰਨ ਦੀ ਲੋੜ ਨਹੀਂ ਪੈਂਦੀ। ਸਭ ਤੋਂ ਵੱਡੀ ਸਾਨੂੰ ਇਹ ਫਾਇਦਾ ਜੀ, ਅਸੀਂ ਉਹਨੂੰ ਪਰਾਲੀ ਨੂੰ ਵਿੱਚ ਮਿਲਾ ਕੇ ਸਾਡੇ ਗੱਲ ਪੂਰੀ ਹੁੰਦੀ ਹੈ, ਕਣਕ ਅਸੀਂ ਉਸੇ ਵੱਤਰ 'ਤੇ ਬੀਜ ਦਿੰਦੇ ਹਾਂ। ਇਸ ਤੋਂ ਪਹਿਲਾਂ ਅਸੀਂ 1-1 ਮਹੀਨਾ ਪਹਿਲਾਂ ਵੱਢ ਲੈਂਦੇ ਸੀ, ਸਾਨੂੰ ਰੌਣੀ ਕਰਨਾ ਪੈਂਦਾ ਸੀ, ਪਾਣੀ ਅਸੀਂ ਬਹੁਤ ਵੇਸਟ ਕਰਦੇ ਸੀ। ਹੁਣ ਸਾਡਾ ਪਰਾਲੀ ਵੀ ਸੌਖੀ ਸੰਭਲ ਜਾਂਦੀ ਆ, ਸਾਡਾ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੋ ਜਾਂਦੀ ਹੈ।